ਸਾਲ ਨੌਵੀਂ ਕਲਾਸ ਦੀ ਮੈਥ ਦੀ ਪ੍ਰੈਕਟਿਸ ਸ਼ੀਟ ਸੱਤਵੀਂ ਕੀਤੀ ਸੀ, ਉਹਦੇ ਇੱਕ ਤੋਂ ਸੱਤ ਸਵਾਲ ਕਰਦੇ ਸੀ। ਅੱਜ ਅੱਗੇ ਮੈਥ ਦੀ ਪ੍ਰੈਕਟਿਸ ਸ਼ੀਟ ਨੰਬਰ ਸੱਤ ਦਾ ਕਿੰਨਵਾਂ ਸਵਾਲ ਤੋਂ ਸ਼ੁਰੂ ਕਰਨਾ ਹੈ? ਦੇਖੋ ਕੀ ਹੈ, ਪੰਜ ਵੱਖ ਵੱਖ ਬਿੰਦੂਆਂ ਵਿੱਚੋਂ ਲੰਘਣ ਵਾਲੀਆਂ ਰੇਖਾਵਾਂ ਦੀ ਸੰਖਿਆ ਕੀ ਹੋਵੇਗੀ ਜਦੋਂ ਕਿ ਉਹਨਾਂ ਵਿੱਚੋਂ ਕੋਈ ਵੀ ਤਿੰਨ ਸਮਰੇਖਿਕ ਨਾ ਹੋਵੇ? ਮੈਂ ਪਹਿਲਾਂ ਵੀ ਦੱਸਿਆ ਸੀ ਸਮਰੇਖੀ ਦਾ ਮਤਲਬ ਕੀ ਹੁੰਦਾ, ਕੋਲੀਨੀਅਰ ਦਾ ਮਤਲਬ ਕੀ ਸੀਗਾ, ਇੱਕ ਲਾਈਨ ਤੇ ਹੋਣ। ਹੁਣ ਕਹਿੰਦਾ ਪੰਜ ਬਿੰਦੂ ਹੈ, ਇੱਕ ਦੋ ਤਿੰਨ ਚਾਰ ਪੰਜ ਲੈ ਲਓ। ਕਹਿੰਦਾ ਪੰਜ ਬਿੰਦੂ ਐਵੇਂ ਲੈਣੇ, ਇਹਨਾਂ ਵਿੱਚੋਂ ਕੋਈ ਵੀ ਤਿੰਨ ਇੱਕ ਲਾਈਨ ਤੇ ਨਹੀਂ ਹੋਣੇ ਚਾਹੀਦੇ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ ਮੈਂ ਪੰਜ ਬਿੰਦੂ ਲਿਖਤੇ ਆ, ਇਹਨਾਂ ਦੇ ਨਾਂ ਰੱਖ ਦਿੰਦੀ ਹੈ ਏ ਬੀ ਸੀ ਡੀ, ਇਹਦੇ ਕੋਈ ਵੀ ਤਿੰਨੋਂ ਇੱਕ ਲਾਈਨ ਚ ਹੈਗੇ, ਕੋਈ ਵੀ ਤਿੰਨ ਬਿੰਦੂ ਨਹੀਂ ਹੈ ਨਾ। ਅੱਛਾ, ਹੁਣ ਕਹਿੰਦਾ ਦੱਸੋ ਆਪਾਂ ਇਹ ਪੰਜਾਂ ਚੋਂ ਕਿੰਨੀਆਂ ਲਾਈਨਾਂ ਬਣਾ ਸਕਦੇ ਹਾਂ? ਦੇਖੋ, ਇਹਦਾ ਇੱਕ ਫਾਰਮੂਲਾ ਹੁੰਦਾ ਹੈ ਕਿਵੇਂ ਕਿੰਨੇ ਬਿੰਦੂ ਹੈ, ਪੰਜ। ਹੁਣ ਪੰਜ ਬਿੰਦੂਆਂ ਚੋਂ ਏ ਨੂੰ ਮੈਂ ਬੀ ਨਾਲ ਜੋੜ ਸਕਦੀ ਹਾਂ ਇੱਕ ਲਾਈਨ, ਏ ਨੂੰ ਸੀ ਨਾਲ ਜੋੜ ਸਕਦੀ ਹਾਂ ਦੂਜੀ ਲਾਈਨ, ਏ ਨੂੰ ਡੀ ਨਾਲ ਜੋੜ ਸਕਦੀ ਹਾਂ ਤੀਜੀ ਲਾਈਨ, ਏ ਨੂੰ ਈ ਨਾਲ ਜੋੜ ਸਕਦੀ ਹਾਂ ਚੌਥੀ ਲਾਈਨ। ਯਾਨੀ ਕਿ ਚਾਰ ਲਾਈਨਾਂ ਬਣ ਗਈਆਂ। ਠੀਕ ਹੈ ਜੀ, ਪੰਜ ਗੁਣਾ ਚਾਰ ਵਟੇ ਪੰਜ ਬਿੰਦੂਆਂ ਤੋਂ ਮੈਂ ਚਾਰ ਲਾਈਨਾਂ ਤਾਂ ਬਣਾਈ ਦਿੱਤੀਆਂ ਤੁਹਾਡੇ ਸਾਹਮਣੇ। ਹੁਣ ਤਾਂ ਲਾਈਨ ਡਬਲ ਨਾ ਹੋ ਜਾਏ ਕਿਵੇਂ? ਆਪਾਂ ਇੱਕ ਬੱਚਾ ਕਹਿੰਦਾ ਜੀ ਲਾਈਨ ਹੈਗੀ ਹੈ ਏ, ਯਾਨੀ ਕਿ ਇਧਰੋਂ ਇਧਰ ਨੂੰ ਗਿਆ। ਦੂਜਾ ਬੱਚਾ ਕਹਿੰਦਾ ਮੈਡਮ ਲਾਈਨ ਈ ਤੋਂ ਏ ਵੀ ਹੈ। ਹੁਣ ਲਾਈਨ ਤਾਂ ਇੱਕੋ ਹੀ ਹੈ, ਇੱਕ ਨੇ ਨਾਮ ਇਧਰੋਂ ਕਹਿਤਾ, ਇੱਕ ਨੇ ਨਾਮ ਉਧਰੋਂ ਕਹਿਤਾ। ਹੁਣ ਹੈ ਤਾਂ ਇੱਕੋ ਹੀ ਲਾਈਨ, ਤਾਂ ਇਸਦਾ ਮਤਲਬ ਜੇ ਆਪਾਂ ਇਹ ਚਾਰਾਂ ਲਾਈਨਾਂ ਦੀ ਗੱਲ ਕਰੀਏ ਤੇ ਐਵੇਂ ਇੱਕ ਲਾਈਨ ਨੂੰ ਆਪਾਂ ਦੋ ਵਾਰ ਗਿਣ ਸਕਦੇ ਹਾਂ। ਤਾਂ ਜਦੋਂ ਆਪਾਂ ਇੱਥੇ ਲਾਈਨ ਨੂੰ ਇੱਕ ਵਾਰ ਹੀ ਗਿਣਨਾ, ਤਾਂ ਆਪਾਂ ਦੋ ਨਾਲ ਕੀ ਕਰਤਾ ਭਾਗ। ਪੰਜ ਬਿੰਦੂ ਹੈ, ਉਹਨਾਂ ਬਿੰਦੂਆਂ ਤੋਂ ਕਿੰਨੀਆਂ ਲਾਈਨਾਂ ਬਣੀਆਂ? ਚਾਰ ਲਾਈਨਾਂ ਆਪਾਂ ਬਣਾਈਆਂ, ਘੱਟੋ ਘੱਟ ਚਾਰ ਬਣਾ ਦੀਆਂ ਹਨਾ। ਤੇ ਹਰ ਲਾਈਨ ਦੋ ਵਾਰ ਨਾ ਗਿਣੀ ਜਾਵੇ, ਆਪਾਂ ਦੋ ਨਾਲ ਕੀ ਕਰਤਾ ਭਾਗ। ਹੁਣ ਕਿੰਨਾ ਜਵਾਬ ਆਇਆ, ਦੋ ਦੇ ਭਾੜੇ ਤੇ ਚਾਰ ਕੱਟਿਆ ਦੋ, ਤਾਂ ਜਵਾਬ ਕਿੰਨਾ ਆਇਆ? ਯਾਨੀ ਕਿ ਪੰਜ ਬਿੰਦੂਆਂ ਤੋਂ ਕਿੰਨੀਆਂ ਲਾਈਨਾਂ ਬਣਾਈਆਂ ਜਾ ਸਕਦੀਆਂ? ਦਸ। ਇਹਦੀ ਕੀ ਹੈ, ਤਿੰਨ ਰੇਖਾਵਾਂ ਓ ਤੇ ਸੰਗਾਮੀ ਹੈ, ਮਤਲਬ ਓ ਤੇ ਮਿਲਦੀ ਹੈ। ਸੰਗਾਮੀ ਦਾ ਮਤਲਬ ਈ ਐਫ ਬੀ ਸੀ ਡੀ ਦੀ ਏ ਬੀ ਦੀ ਓ ਤੋਂ ਹੀ ਨਿਕਲਦੀਆਂ ਪਈਆਂ ਸਾਰੀਆਂ। ਹਾਂਜੀ, ਕੌਣ ਈ ਓ ਏ ਦਾ ਮਾਪ ਪਤਾ ਕਰਨਾ ਹੈ, ਈ ਓ ਏ ਆਇਆ, ਆਪਾਂ ਇਹਦਾ ਮਾਪ ਪਤਾ ਕਰਨਾ ਹੈ ਕਿ ਕਿੰਨੇ ਡਿਗਰੀ ਦਾ ਕੌਣ ਬਣਦਾ। ਹੁਣ ਇਹ ਸਵਾਲ ਆਪਾਂ ਪਹਿਲਾਂ ਵੀ ਇਸ ਚੀਜ਼ ਚ ਕੀਤੇ ਹੈ, ਇਹ ਪੂਰਾ ਕੰਮ ਕਿੰਨੇ ਡਿਗਰੀ? ਉਹਨੇ 180 ਚੋਂ ਇਹਨੇ ਟੁਕੜੇ ਕਿੰਨੇ ਕੀਤੇ ਹੈ? ਇਹਨਾਂ ਦੇ ਦੋ ਟੁਕੜੇ ਦਾ ਦੋ ਬਾਈ ਦੋ ਬਾਈ ਕੀਤੇ ਆ। ਅੱਛਾ, ਹੁਣ ਤੁਸੀਂ ਮੈਨੂੰ ਦੱਸੋ ਤੀਜਾ ਟੁਕੜਾ ਕਿੰਨੇ ਬਰਾਬਰ ਹੋਊਗਾ? ਕਿੰਨੀ ਵੈਲੂ ਹੈ? ਨਾਪੇ ਜਵਾਬ ਸਹੀ ਦਿੱਤਾ, ਪਰ ਕਿਉਂ ਯਾਰ ਕੀਤਾ ਕਿ ਕਿਹੜੇ ਕੌਣ ਬਣ? ਵਰਟੀਕਲੀ ਓਪੋਜ਼ਿਟ ਜੋੜ ਲਿਆ ਪੰਜ ਚਾਰ ਬਾਈ ਬਾਈ,
ਬਾਈ ਆ ਗਿਆ ਤੇ ਆਪਾਂ ਕੌਣ ਕੱਢਣਾ ਪੰਜ ਬਾਈ ਹੈ ਤਾਂ ਪੰਜ ਨੂੰ ਵੀ ਨਾ ਕੀ ਕਰਾਂਗੇ ਗੁਣਾ ਪੰਜ ਬਾਈ ਮਤਲਬ ਪੰਜ ਨੂੰ ਵੀ ਨਾ ਗੁਣਾ ਕਿੰਨਾ ਜਵਾਬਾਂਗਾ ਹਾਂਜੀ ਦਸਵਾਂ ਸਵਾਲ ਇੱਕ ਤਿਕੋਣ ਦੀਆਂ ਦੋ ਭੁਜਾਵਾਂ ਕਹਿੰਦਾ ਮੰਨ ਲਓ ਆ ਦੋ ਇੱਕ ਤਿਕੋਣ ਦੀ ਤਿਕੋਣ ਦਿੱਤੇ ਹੁੰਦੀਆਂ ਤਿੰਨ ਭੁਜਾਵਾਂ ਹੁੰਦੀਆਂ ਉਹਦੇ ਚੋਂ ਦੋ ਭੁਜਾਵਾਂ ਨੇ ਕੌਣ ਸੀ ਕੌਣ ਪੀ ਦੇ ਬਰਾਬਰ ਹੈ ਆ ਰਿਹਾ ਕੌਣ ਸੀ
ਬਰਾਬਰ ਹੈ। ਆਈ ਹੈ ਕਹਿੰਦਾ ਹੁਣ ਦੱਸੋ ਕਿ ਆ ਸਮ ਦੋ ਪੁਜੀ ਪਰ ਸਰਪੰਚ ਸਮ ਨਹੀਂ ਆਈ ਸੋਸਲਿਸ ਬਟ ਨਾਟ ਕੰਪਰੈਂਡ ਸਮ ਦੋ ਪੁਜੀ ਅਤੇ ਸਰਪੰਚ ਸਮ ਆਈ ਸੋਸਲਿਸ ਐਂਡ ਕੰਪਰੈਂਡ ਜਾਈ ਸਰਪੰਚ ਸਮ ਪਰ ਸਮ ਦੋ ਪੁਜੀ ਆ ਹੁਣ ਅੱਛਾ ਇੱਕ ਗੱਲ ਦੱਸੋ ਜੇ ਕਿਸੇ ਤ੍ਰਿਭੁਜ ਵਿੱਚ ਦੋ ਭੁਜਾਵਾਂ ਬਰਾਬਰ ਹੋਣ ਤਾਂ ਉਹਨੂੰ ਸਮ ਦੋ ਪੁਜੀ ਤ੍ਰਿਭੁਜ ਕਹਿੰਦੇ ਆ ਕਿ ਨਹੀਂ ਹਾਂਜੀ ਪੀ ਕਿਉਂ ਬਰਾਬਰ ਪੀ ਐਸ ਤਾਂ ਐਕਸ ਦਾ ਮੁੱਲ ਕੱਢਣਾ
ਸੱਤ